ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਮਾਨਸਾ ਦੌਰੇ ਤੇ ਸਨ। ਉਹਨਾਂ ਨੇ ਨੰਨੀ ਛਾਂ ਦੇ ਵਿਦਿਆਰਥੀਆਂ ਦੇ ਲਈ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੇ ਲਈ ਇੱਕ ਬੱਸ ਦੀ ਸ਼ੁਰੂਆਤ ਕੀਤੀ ਹੈ। ਇਸ ਮੌਕੇ ਦੇ ਉੱਤੇ ਹਰਸਿਮਰਤ ਕੌਰ ਬਾਦਲ ਨੇ ਬੁਢਲਾਡਾ ਦੇ ਵਿੱਚ ਇੱਕ ਪ੍ਰਾਈਵੇਟ ਸੰਸਥਾ ਦੇ ਵੱਲੋਂ ਸ਼ੁਰੂ ਕੀਤੀ ਗਈ ਪੰਗੂੜਾ ਦਾ ਉਦਘਾਟਨ ਵੀ ਕੀਤਾ ਹੈ, ਜਿਸ ਦੇ ਵਿੱਚ ਅਨਾਥ ਬੱਚਿਆਂ ਦੀ ਪਰਵਰਿਸ਼ ਕੀਤੀ ਜਾਵੇਗੀ। ਕੇਂਦਰੀ ਮੰਤਰੀ ਨੇ ਨੰਨੀ ਛਾਂ ਦੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਸਿਲਾਈ ਮਸ਼ੀਨ ਵੀ ਵਿਤਰਨ ਕੀਤੀ ਹੈ। ਸੋ ਲਗਾਤਾਰ ਮੇਰੇ ਵੱਲੋਂ ਆਹੀ ਕੋਸ਼ਿਸ਼, 10 ਸਾਲ ਪਹਿਲੇ ਨੰਨੀ ਛਾਂ ਦੀ ਜਦ ਮੁਹਿੰਮ ਮੈਂ ਸ਼ੁਰੂ ਕੀਤੀ ਸੀ, ਜਿਹਦੇ ਵਿੱਚ ਇੱਕ ਲੋਕਾਂ ਦੀ ਸੋਚ ਬਦਲਣ ਵਾਸਤੇ, ਕੁੱਖ ਅਤੇ ਰੁੱਖ ਦੀ ਰਾਖੀ ਵਾਸਤੇ ਪਿੰਡ ਪਿੰਡ ਜਾ ਕੇ ਇਹ ਸੋਚ ਨੂੰ ਅਪਣਾਉਣ ਵਾਸਤੇ ਮੈਂ ਅਪੀਲ ਕਰਦੀ ਸੀ। ਇਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਕਰਦੇ ਫਿਰ ਨੰਨੀ ਛਾਂ ਦੇ ਸੈਂਟਰ ਖੁੱਲ੍ਹ ਗਏ ਅਤੇ ਅੱਜ ਮੈਨੂੰ ਖੁਸ਼ੀ ਹੈ ਕਿ 10ਵਾਂ ਸਾਲ ਨੰਨੀ ਛਾਂ ਦਾ ਚੜ੍ਹਿਆ ਹੈ ਅਤੇ ਮੈਨੂੰ ਹਮੇਸ਼ਾ ਆਸ ਸੀ ਕਿ ਆਉਣ ਵਾਲੇ ਸਮੇਂ 'ਚ ਨੰਨੀ ਛਾਂ ਇਹੋ ਜਿਹੇ ਬਹੁਤ ਸਾਰੀ ਚੀਜ਼ਾਂ ਕਰਨ ਜਿਹਦੇ ਨਾਲ ਔਰਤਾਂ ਇੰਪਾਵਰ ਹੋਣ। ਲੇਕਿਨ ਜ਼ਿੰਮੇਵਾਰੀਆਂ ਪਹਿਲੇ ਮੈਂਬਰ ਆਫ ਪਾਰਲੀਮੈਂਟ ਦੀ ਪੈ ਗਈਆਂ, ਫਿਰ ਮੰਤਰੀ ਦੀ ਪੈ ਗਈਆਂ, ਸਰਕਾਰ ਆਪਣੀ ਸੀ, ਕੰਮ ਬਹੁਤ ਜ਼ਿਆਦਾ ਸੀ ਅਤੇ ਹੁਣ ਮੈਨੂੰ ਸਰਕਾਰ ਪੰਜਾਬ 'ਚ ਬਦਲੀ ਹੈ, ਜਿਹਦੇ ਕਰਕੇ ਵਿਕਾਸ ਦੇ ਕੰਮਾਂ ਦੀ ਹੁਣ ਮੈਨੂੰ ਓਨਾ ਬੋਝ ਨਹੀਂ ਹੈਗਾ। ਅਤੇ ਹੁਣ 9 ਤਰੀਕ ਨੂੰ ਜਦ ਵੁਮਨਸ ਇੰਟਰਨੈਸ਼ਨਲ ਵੁਮਨਸ ਡੇ ਸੀਗਾ, ਉਹਨੂੰ ਅਸੀਂ ਇੱਕ ਸਿੰਘਣੀ ਦਿਵਸ ਦੇ ਵਜੋਂ ਮਨਾਇਆ, ਜਿੱਥੇ ਸਾਰੀ ਗੁਰੂ ਮਾਤਾਵਾਂ ਦੀ ਤੋਂ ਮਹਾਨ ਬੀਬੀਆਂ ਦੇ ਯਾਦਗਾਰ 'ਚ ਇੱਕ ਮਹਾਨ ਇਸਤਰੀ ਕੀਰਤਨ ਸਮਾਗਮ ਹੋਇਆ। ਉੱਥੇ ਬੀਬੀਆਂ ਵਾਸਤੇ ਐਨਕਾਂ ਦੇ ਟੈਸਟ ਹੋਏ, ਮੁਫਤ ਐਨਕਾਂ ਵੀ ਦਿੱਤੀਆਂ, ਅੱਖਾਂ ਦੇ ਟੈਸਟ ਨਾਲ ਮੁਫਤ ਐਨਕਾਂ ਵੀ ਦਿੱਤੀਆਂ ਗਈਆਂ। ਬੂਟਾ ਪ੍ਰਸ਼ਾਦ ਵੀ ਤਕਰੀਬਨ 10,000 ਵੰਡਿਆ ਗਿਆ, ਜਿਹੜੇ ਪਿਛਲੇ 10 ਸਾਲਾਂ 'ਚ ਤਕਰੀਬਨ 20 ਲੱਖ ਬੂਟੇ ਅਸੀਂ ਵੰਡੇ ਨੇ। ਅਤੇ ਹੁਣ ਲਗਾਤਾਰ ਕੱਲ੍ਹ ਵੀ ਕਈ ਨੰਨੀ ਛਾਂ ਦੇ ਪ੍ਰੋਗਰਾਮ ਕਰਕੇ ਇੱਕ ਨਵਾਂ ਨੰਨੀ ਯਾਰਾ ਸੈਂਟਰ, ਜਿੱਥੇ ਇੱਕ ਵਿਦੇਸ਼ੀ ਬੀਬੀ ਦੇ ਨਾਲ ਜਿਹੜੇ ਦੁਨੀਆ ਭਰ 'ਚ ਹਿੰਦੁਸਤਾਨ ਤੋਂ ਬਣਵਾ ਕੇ ਬਾਹਰ ਵਿਦੇਸ਼ 'ਚ ਵੇਚਦੇ ਨੇ, ਇਸ ਤਰ੍ਹਾਂ ਇੱਕ ਨੋ ਪ੍ਰੋਫਿਟ ਨੋ ਲੋਸ ਦਾ ਇੱਕ ਸੈਂਟਰ ਬਾਦਲ ਪਿੰਡ ਵਿੱਚ ਖੋਲ੍ਹਿਆ ਗਿਆ, ਜਿੱਥੇ ਉਹ ਸਾਰੀ ਬੀਬੀਆਂ ਅਤੇ ਬੱਚੀਆਂ ਨੰਨੀ ਛਾਂ ਸੈਂਟਰ ਤੋਂ, ਜਿਨ੍ਹਾਂ ਦੇ ਕੋਲ ਸਿਖਲਾਈ ਸਿੱਖ ਕੇ, ਕਢਾਈ ਸਿੱਖ ਕੇ, ਉਹਨਾਂ ਦਾ ਹੱਥ ਚੰਗਾ ਹੈ, ਉੱਥੇ ਇਹਨਾਂ ਤੋਂ ਚੀਜ਼ਾਂ ਬਣਵਾ ਕੇ ਵਿਦੇਸ਼ਾਂ 'ਚ ਇਹਨਾਂ ਦੇ ਸਟੋਲ ਲਗਾਏ ਜਾਣਗੇ ਅਤੇ ਜਿਹੜਾ ਮੁਨਾਫਾ ਹੋਊਗਾ ਉਹਨਾਂ ਦੇ ਕੋਲ ਹੀ ਦਿੱਤਾ ਜਾਊਗਾ। ਉਹਦਾ ਉਦਘਾਟਨ ਕੱਲ੍ਹ ਸੀ। ਅੱਜ ਨੰਨੀ ਛਾਂ ਵੱਲੋਂ ਦਰਬਾਰ ਦਰਸ਼ਨ, ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਜੋੜਨ ਵਾਸਤੇ, ਜਿਹੜੀ ਨੰਨੀ ਛਾਂ ਦੀ ਕੁੜੀਆਂ ਨੇ ਅਤੇ ਉਹਨਾਂ ਦੇ ਪਰਿਵਾਰ ਦੇ ਬਜ਼ੁਰਗਾਂ ਨੇ ਕਦੇ ਦਰਬਾਰ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਸੀ, ਉਹ ਮੇਰੇ ਵੱਲੋਂ ਬੱਸਾਂ 'ਤੇ ਉਹਨਾਂ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਇੱਕ ਰਾਤ ਉੱਥੇ ਰਹਿ ਕੇ ਅਤੇ ਅਗਲੇ ਦਿਨ ਉਹਨਾਂ ਨੂੰ ਪਿੰਡਾਂ 'ਚ ਵਾਪਸ ਛੱਡਣ ਦਾ, ਪਹਿਲੀ ਬੱਸ ਵੀ ਰਵਾਨਾ ਹੋਈ ਹੈ। ਅਤੇ ਅੱਜ ਇੱਕ ਹੋਰ ਚੀਜ਼ ਵੀ ਜਿਹੜੀ ਮੈਂ ਐਲਾਨ ਕੀਤੀ ਕਿ ਜਿਹੜੇ ਬੱਚੇ ਕੰਪਿਊਟਰ ਸਿੱਖਣਾ ਚਾਹੁੰਦੇ ਨੇ, ਇਹ ਕੇਂਦਰ ਦੀ ਇੱਕ ਸਕੀਮ ਹੈਗੀ, ਉਹਨਾਂ ਨੂੰ ਵੀ ਨੰਨੀ ਛਾਂ ਦੇ ਸੈਂਟਰ 'ਚ ਇਹਨਾਂ ਨੂੰ ਕੰਪਿਊਟਰ ਦੀ ਟ੍ਰੇਨਿੰਗ ਵੀ ਦਿੱਤੀ ਜਾਊਗੀ। ਇੱਕ ਦੋ ਹੋਰ ਸਕੀਮਾਂ ਹੈਗੀਆਂ ਜਿਹੜੇ ਵੁਮਨਸ ਡੇ 'ਚ ਕੇਂਦਰ ਤੋਂ ਲਾਂਚ ਹੋਈਆਂ ਨੇ, ਉਹਨਾਂ ਨੂੰ ਵੀ ਹੁਣ ਮੈਂ ਗੱਲਬਾਤ ਕਰਕੇ ਇੱਕ ਵਿਮੈਨਸ ਸੈਨੀਟੇਸ਼ਨ ਵਾਸਤੇ ਸੈਨੇਟਰੀ ਪੈਡਸ ਬਣਾਉਣ ਦੀ ਇੱਕ ਬਹੁਤ ਵਧੀਆ ਸਕੀਮ ਹੈ, ਜਿਹਨੂੰ ਵੀ ਮੈਂ ਚਾਹੁੰਦੀ ਹਾਂ ਕਿ ਵੱਧ ਤੋਂ ਵੱਧ ਸਾਡੇ ਮੇਰੇ ਹਲਕੇ ਵਿੱਚ, ਸਾਡੇ ਪੰਜਾਬ ਵਿੱਚ ਇਹ ਵੀ, ਕਿਉਂਕਿ ਇਹਦੇ ਨਾਲ ਔਰਤਾਂ ਖੁਦ ਕਮਾਊ ਵੀ ਬਣ ਸਕਦੇ ਨੇ ਅਤੇ ਉਹਨਾਂ ਦੀ ਜਿਹੜੀ ਮੈਨਸਟਰਲ ਹਾਈਜੀਨ ਹੁੰਦੀ ਉਹਦੇ ਵਿੱਚ ਵੀ ਬਹੁਤ ਵੱਡਾ ਸੁਧਾਰ ਆਊਗਾ, ਜਿਹਦੇ ਨਾਲ ਉਹਨਾਂ ਦੀ ਸਿਹਤ ਵਿੱਚ ਵੀ ਸੁਧਾਰ ਆਊਗਾ। 16 ਮਾਰਚ ਨੂੰ ਸਰਕਾਰ ਦਾ 1 ਸਾਲ ਪੂਰਾ ਹੋਣ ਜਾ ਰਿਹਾ, ਕਿਸ ਤੇ ਮੈਂ ਇਸ ਸਰਕਾਰ ਬਾਰੇ ਜੋ ਵੀ ਮੈਂ ਕਹਾਂ ਤੁਸੀਂ ਕਹੋਗੇ ਵਿਰੋਧੀ ਹੋਣ ਦੇ ਨਾਤੇ ਮੈਂ ਕਹਿ ਰਹੀ ਹਾਂ, ਲੇਕਿਨ ਜੇ ਤੁਸੀਂ ਮੈਨੂੰ ਉਹਨਾਂ ਦੀ ਇੱਕ ਵੀ ਵਾਅਦਾ ਜਿਹਦੇ ਵਿੱਚ ਉਹ ਪੂਰੇ ਉਤਰੇ ਨੇ ਉਹ ਤੁਸੀਂ ਗਿਣਾ ਦਿਓ ਅਤੇ ਉਹਨਾਂ ਹੀ ਨੰਬਰ ਮੈਂ ਉਹਨਾਂ ਨੂੰ ਦੇਣ ਨੂੰ ਤਿਆਰ ਹਾਂ। ਮੈਨੂੰ ਪੁੱਛ ਲਓ ਜਾਂ ਲੋਕਾਂ ਨੂੰ ਪੁੱਛ ਲਓ ਜਾਂ ਤੁਸੀਂ ਮੈਨੂੰ ਦੱਸ ਦਿਓ ਕਿ ਕਿਹੜੇ ਵਾਅਦੇ ਇਹਨਾਂ ਨੇ ਕੀਤੇ ਸੀ, ਉਹਦੇ ਵਿੱਚੋਂ 1 ਸਾਲ 'ਚ ਇੱਕ ਵੀ ਬੰਦੇ ਨੂੰ ਉਸ ਵਾਅਦੇ ਦਾ ਜੇ ਇੱਕ ਵੀ ਫਾਇਦਾ ਹੋਇਆ ਉਹਨੂੰ ਹੀ ਨੰਬਰ ਇਹਨਾਂ ਨੂੰ ਦੇ ਦਿਓ। ਨਹੀਂ, ਇਹ ਲੁੱਟ ਕਸੁੱਟ ਦੀ ਸਰਕਾਰ ਹੈ ਜੀ। ਜਿਹੜਾ ਜਿਹੜਾ ਖਜ਼ਾਨਾ ਸਾਡੇ ਕੋਲ 10 ਸਾਲ ਸੀਗਾ,
ਅਸੀਂ ਲੋਕਾਂ ਨੂੰ ਆਟਾ ਦਾਲ ਦਿੱਤਾ, ਪੈਨਸ਼ਨ ਦਿੱਤੀ, ਸ਼ਗਨ ਦਿੱਤੇ, ਇਹੋ ਜਿਹੇ ਵਿਕਾਸ ਦੇ ਕੰਮ ਕਾਜ ਕੀਤੇ, ਏਅਰਪੋਰਟ ਬਣਾਏ, ਬਿਜਲੀ ਪੂਰੀ ਕੀਤੀ, ਖਾਲ ਬਣਾਏ, ਸੂਏ ਬਣਾਏ, ਵਾਟਰ ਵਰਕਸ ਬਣਾਏ, ਆਲੋ ਸਿਸਟਮ ਦਿੱਤੀ, ਸੜਕਾਂ ਬਣਾਈਆਂ, ਜਿੰਨੇ ਵਿਕਾਸ ਦੇ ਕੰਮ 10 ਸਾਲ ਉਹ ਲੋਕਾਂ ਦੇ ਸਾਹਮਣੇ ਨੇ, ਤੇ ਉਹੀ ਖਜ਼ਾਨਾ ਜਦ ਸਰਕਾਰ ਬਦਲ ਕੇ, ਖਜ਼ਾਨਾ ਤਾਂ ਨਹੀਂ ਬਦਲਿਆ, ਸਰਕਾਰ ਬਦਲੀਏ, ਤੇ ਇਹ ਖਜ਼ਾਨੇ ਨੂੰ ਜਦ ਖਾਣ ਪੀਣ, ਜਿਹੜੀ ਕਾਂਗਰਸ ਦੀ ਪੁਰਾਣੀ ਆਦਤ ਹੈਗੀ, ਕੇਂਦਰ ਵਿੱਚ ਵੀ ਖਜ਼ਾਨੇ ਨੂੰ ਖਾਲੀ ਕਰਤਾ ਖਾ ਪੀ ਕੇ, ਤੇ ਸੂਬੇ ਵਿੱਚ ਵੀ ਆਹੀ ਰਾਜਾ ਸਾਹਿਬ ਦੀ ਸਰਕਾਰ, ਇੰਟਰਨੈਟ ਸਕੈਮ, ਸਿਟੀ ਸੈਂਟਰ ਸਕੈਮ, ਵਿਦੇਸ਼ 'ਚ ਕਾਲਾ ਧਨ ਦਾ ਸਕੈਮ, ਉਹੀ ਕੁਛ ਹੁਣ ਚੱਲ ਰਿਹਾ, ਤਾਂ ਲੋਕਾਂ ਵਾਸਤੇ ਖਜ਼ਾਨਾ ਖਾਲੀ ਹੈ, ਇਹਨਾਂ ਦੇ ਮੰਤਰੀਆਂ ਵਾਸਤੇ ਜੇਬਾਂ ਭਰੀਆਂ ਜਾ ਰਹੀਆਂ, ਤੇ ਖਜ਼ਾਨੇ ਦਾ ਪੈਸੇ ਕਿੱਥੇ ਜਾ ਰਹੇ? ਸਾਫ ਦੇ ਲੈਣ, ਪਹਿਲੇ ਵੀ ਦੇ ਲਿੱਤਾ ਸੀ, ਕੀ ਮਿਲ ਗਿਆ ਉਹਨਾਂ ਨੂੰ? ਹੁਣ ਝੂਠ ਮਾਰ ਕੇ ਕਰ ਲੈਣ, ਅਸੀਂ ਤਾਂ ਨਹੀਂ ਡਰਦੇ, ਨਾ ਸਾਡੀ ਪਾਰਟੀ ਡਰੇ ਇਹਨਾਂ ਦੀ ਗਿੱਦੜ ਧਮਕੀਆਂ ਤੋਂ, ਜ਼ੋਰ ਜ਼ਬਰ ਦੇ ਨਾਲ ਲੋਕਾਂ ਨੂੰ ਡਰਾ ਧਮਕਾ ਕੇ ਇਹ ਵੋਟਾਂ ਪਵਾ ਰਹੇ ਨੇ, ਭਾਵੇਂ MC ਦੀ ਹੋਣ, ਭਾਵੇਂ ਬਾਈ ਇਲੈਕਸ਼ਨ ਇੱਥੇ ਬੁਢਲਾਡੇ ਦੀ ਦੇਖ ਲਓ ਜਾਂ ਲੁਧਿਆਣੇ ਦੀ ਹੋਏ, ਭਾਵੇਂ ਗੁਰਦਾਸਪੁਰ ਵਰਗੀ ਬਾਈ ਇਲੈਕਸ਼ਨ MP ਦੀ ਹੋਏ, ਝੂਠੇ ਲਾਰਿਆਂ ਨਾਲ ਸਰਕਾਰ ਬਣਾਈ, ਜ਼ੋਰ ਜ਼ਬਰ ਦੇ ਨਾਲ ਇਹ ਸਰਕਾਰ ਚਲਾ ਰਹੇ ਨੇ, ਜਿਸ ਦਿਨ ਲੋਕ ਸਭਾ ਦੀ ਚੋਣ ਹੋਊਗੀ, ਜਿੱਥੇ ਜ਼ੋਰ ਜ਼ਬਰ ਨਹੀਂ ਚੱਲੂਗਾ, ਇਹੋ ਜਿਹਾ ਮੂੰਹ ਤੋੜ ਜਵਾਬ ਇਹਨਾਂ ਨੂੰ ਮਿਲੂਗਾ, ਕਿ ਮੈਨੂੰ ਲੱਗਦਾ 13 ਵਿੱਚੋਂ ਇਹਨਾਂ ਨੂੰ ਅੱਧੀ ਸੀਟ ਵੀ ਨਹੀਂ ਆਉਣੀ, ਇੱਕ ਤਾਂ ਦੂਰ ਦੀ ਗੱਲ। ਮਾਨਸਾ ਤੋਂ ਕੁਲਦੀਪ ਮਾਨ ਦੀ ਰਿਪੋਰਟ।